ਹੈਲੋ ਗਾਇਜ਼ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਆਪਣੀ ਕਲਾਸ 12th ਦੇ ਫਿਜ਼ਿਕਸ ਦੇ ਐਗਜ਼ਾਮ ਦੀ ਆਨਸਰ ਕੀ ਜੋ ਕਿ ਅੱਜ ਦੀ ਡੇਟ ਨੂੰ ਹੀ ਹੋਇਆ ਹੈ 4 ਆਪਣੇ 4 ਮਾਰਚ 2023 ਨੂੰ ਚਲੋ ਗਾਇਜ਼ ਬਿਨਾਂ ਦੇਰੀ ਕੀਤੇ ਆਪਾਂ ਅੱਜ ਦੀ ਆਨਸਰ ਕੀ ਡਿਸਕਸ ਕਰਦੇ ਆਂ ਹੋਪ ਕਰਦੇ ਆਂ ਤੁਹਾਡਾ ਸਾਰਿਆਂ ਦਾ ਪੇਪਰ ਬਹੁਤ ਹੀ ਵਧੀਆ ਗਿਆ ਹੋਵੇਗਾ ਚਲੋ ਗਾਇਜ਼ ਪਹਿਲਾਂ ਆਪਣੇ ਕੋਲ ਸਭ ਤੋਂ ਕੁਐਸਚਨ ਆ ਜਾਂਦਾ ਹੈ ਚਾਰਜ ਵਿਦਆਊਟ ਫਿਜ਼ੀਕਲ ਕੰਟੈਕਟ ਇਜ਼ ਕੋਲਡ ਸੀ ਆਪਸ਼ਨ ਹੈ ਚਾਰਜਿੰਗ ਇਜ਼ ਚਾਰਜਿੰਗ ਬਾਏ ਇੰਡਕਸ਼ਨ ਤਾਂ ਗਾਇਜ ਇਹ ਪੇਪਰ ਆਪਾਂ ਪੂਰਾ ਡਿਸਕਸ ਕਰਨ ਵਾਲੇ ਆ ਅੱਜ ਦਾ ਸਾਰੇ ਆਨਸਰ ਇਹਦੇ ਵਿੱਚ ਕਰੈਕਟ ਹੋਣਗੇ ਇਹ ਆਪਾਂ ਸੈੱਟ ਏ ਡਿਸਕਸ ਕਰਨ ਵਾਲੇ ਆ ਤਾਂ ਉਸ ਤੋਂ ਅਗਲੇ ਦੀ ਹੈ ਬੀ ਆਪਸ਼ਨ ਦੈਨ ਮਟੀਰੀਅਲ ਦੈਨ ਪੋਟੈਂਸ਼ੀਓਮੀਟਰ ਦੈਨ ਮੈਗਨੈਟਿਕ ਡਿਕਲਾਈਨੇਸ਼ਨ ਦੈਨ ਆਸਟਰਡ ਦੈਨ ਹੈਲੀਕਲ ਦੈਨ ਸੀ ਆਪਸ਼ਨ ਐਨਰਜੀ ਤੇ ਉਸ ਤੋਂ ਬਾਅਦ એનર્ਜੀ ਇਸ ਦਾ ਇਹ ਵਾਲਾ ਸੀ ਦੈਨ ਰਿਫਲੈਕਟਡ ਬਾਈ ਟਾਰਗੇਟ ਸਟ੍ਰੈਟੋਸਫੀਅਰ ਕਾਈ ਜੇ ਵਾਲਾ ਕੁਐਸਚਨ ਕਨਫਿਊਜ਼ ਹੈ ਜੇ ਤੁਹਾਨੂੰ ਕਰੈਕਟ ਆਨਸਰ ਪਤਾ ਹੈ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਤੋਂ ਉਸ ਤੋਂ ਬਾਅਦ ਮਾਈਨਸ 5 ਡੇ ਆਪਟਰ ਬੀ ਆਪਸ਼ਨ ਉਸ ਤੋਂ ਬਾਅਦ ਪਲੇਨਰ ਵਰਕ ਫੰਕਸ਼ਨ ਹੀਟ ਇਸ ਪ੍ਰੋਡਿਊਸਡ ਜਾਉਲ ਸੈਕਿੰਡ ਡਿਕਰੀਜ਼ਡ ਤਾਂ ਗਾਇਜ਼ ਮੇਰੇ ਦੋ ਕੁਐਸਚਨ ਗਲਤ ਹੋਏ ਨੇ ਮੇਰੇ ਖੁਦ ਦੇ ਐਗਜ਼ਾਮ ਚ ਤਾਂ ਉਸ ਤੋਂ ਅਗਲਾ ਕੁਐਸਚਨ ਹੈਗਾ ਸੀ ਇਹ ਵਾਲਾ ਸੀ ਇਹਦਾ ਇਹ ਵਾਲਾ ਸੀ ਬਾਲਮਰ ਸੀਰੀਜ਼ ਆਹ ਵਾਲਾ ਮੇਰਾ ਗਲਤ ਹੋਇਆ ਇਹਦਾ ਮੈਂ ਡੀ ਆਪਸ਼ਨ ਲਗਾ ਕੇ ਆਇਆ ਆਨਸਰ ਹੈਗਾ ਸੀ ਆਪਸ਼ਨ ਲਗਾ ਕੇ ਆਇਆ ਆਨਸਰ ਹੈਗੀ ਡੀ ਆਪਸ਼ਨ ਕਰੰਟ ਕਨਸਟੈਂਟ ਉਸ ਤੋਂ ਅਗਲੇ ਦਾ ਇਨਸੂਲੇਟਰ ਦੈਨ ਡਿਕਰੀਸਡ ਟ੍ਰੂ ਫਾਲਸ ਫਸਟ ਫਾਲਸ ਸੈਕਿੰਡ ਫਾਲਸ ਥਰਡ ਫਾਲਸ ਦੈਨ ਲਾਸਟ ਵਾਲੇ ਦੋ ਟ੍ਰੂ ਸੈਟ ਏ ਹੈ ਤਾਂ ਚਲੋ ਗਾਇਸ ਮੇਰੇ 26 ਸਾਈਨ ਹੈ ਤੁਹਾਡੇ ਕਿੰਨੇ ਮਾਰਕਸ ਬਣੇ ਕਮੈਂਟ ਕਰਕੇ ਜਰੂਰ ਦੱਸਿਓ